ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਅਕਾਲੀ ਦਲ ਕਸੂਤਾ ਕਰ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਕਾਂਗਰਸ ਸਰਕਾਰ ਨੂੰ ਫਸਾਉਣ ਦੀ ਬਿਉਂਤਬੰਦੀ ਕੀਤੀ, ਪਰ ਇਸ ਦੇ ਬਾਵਜੂਦ ਵੀ ਹੁਣ ਉਹਨਾਂ ਦੀ ਹਰ ਚਾਲ ਪੁੱਠੀ ਪੈਂਦੀ ਨਜ਼ਰ ਆਉਂਦੀ ਹੈ। ਇੰਝ ਲੱਗਦਾ ਜਿਵੇਂ ਅਕਾਲੀ ਦਲ ਚੁਰਸਤੇ ਤੇ ਖੜ ਗਿਆ ਹੋਵੇ, ਜਿੱਥੇ ਜੇਕਰ ਉਹ ਕੇਂਦਰ ਸਰਕਾਰ ਦੇ ਬਿੱਲਾਂ ਦਾ ਵਿਰੋਧ ਕਰਦਾ ਤਾਂ ਉਹਨਾਂ ਦੀ ਕੇਂਦਰੀ ਮੰਤਰੀ ਦੀ ਕੁਰਸੀ ਖਿਸਕਦੀ ਹੈ, ਅਤੇ ਜੇਕਰ ਹੱਕ ਵਿੱਚ ਖੜਦਾ ਤਾਂ ਉਸ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ। ਉਧਰ ਮੁੱਖ ਮੰਤਰੀ ਨੇ ਬੀਤੀ ਰਾਤ ਆਪਣੇ ਸੰਬੋਧਨ ਵਿੱਚ ਪੂਰੀ ਤਰ੍ਹਾਂ ਗੇਮ ਆਪਣੇ ਪੱਖ ਵਿੱਚ ਕਰ ਲਈ ਹੈ। ਮੁੱਖ ਮੰਤਰੀ ਕੈਪਟਨ ਨੇ ਸੁਖਬੀਰ ਬਾਦਲ ਨੂੰ ਆਪਣੇ ਰਾਜਸੀ ਹਿੱਤ ਭਾਵ ਮੰਤਰੀ ਪਦ ਪਾਸੇ ਰੱਖ ਕੇ ਕਿਸਾਨਾਂ ਦੇ ਪੱਖ ਵਿੱਚ ਖੜਨ ਦੀ ਤਾਕੀਦ ਕੀਤੀ ਹੈ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਵੇਂ ਆਰਡੀਨੈਂਸਾਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੀ ਵਿਵਸਥਾ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਨਾ ਕੀਤਾ ਗਿਆ ਹੋਵੇ, ਪਰ ਇਹ ਸਪਸ਼ਟ ਹੈ ਕਿ ਇਹਨਾਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਦਾ ਮੁੱਢ ਬੰਨਿਆ ਜਾਵੇਗਾ। ਤੁਸੀਂ ਦੇਖਦੇ ਆਏ ਹੋ ਕਿ ਅਸੀਂ ਇੱਕ ਆਲ ਪਾਰਟੀ ਮੀਟਿੰਗ ਸੱਦੀ ਸੀ। ਉਹ ਆਲ ਪਾਰਟੀ ਮੀਟਿੰਗ ਸੱਦੀ ਸੀ ਇਸ ਲਈ ਕਿਉਂਕਿ ਸੈਂਟਰ ਨੇ ਕੁਝ ਕਦਮ ਚੱਕੇ ਨੇ ਜਿਹੜੇ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ। ਪੰਜਾਬ ਕਿਸਾਨੀ ਦਾ ਇੱਕ ਸੂਬਾ ਹੈ। ਅਗਰ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਤਾਂ ਪੰਜਾਬ ਦੇ ਸੂਬੇ ਦੇ ਖਿਲਾਫ ਨੇ। ਉਹ ਆਰਡੀਨੈਂਸ ਤਿੰਨ ਨੇ, ਐਗਰੀਕਲਚਰ ਮਾਰਕੀਟਿੰਗ 'ਤੇ, ਕੰਟਰੈਕਟ ਫਾਰਮਿੰਗ 'ਤੇ ਅਤੇ ਅਸੈਂਸ਼ੀਅਲ ਕਮੋਡਿਟੀਜ਼ 'ਤੇ। ਇਹ ਜੋ ਲੱਗਦਾ ਹੈ ਕਿ ਇੱਕ ਸ਼ਾਂਤਾ ਕੁਮਾਰ ਕਮੇਟੀ ਬਣੀ ਸੀ, ਉਹ ਸ਼ਾਂਤਾ ਕੁਮਾਰ ਕਮੇਟੀ ਨੇ ਇਹ ਕਿਹਾ ਕਿ MSP ਨੂੰ ਖਤਮ ਕੀਤਾ ਜਾਵੇ ਔਰ ਫੂਡ ਕੋਆਪਰੇਸ਼ਨ ਆਫ ਇੰਡੀਆ ਨੂੰ ਬਿਲਕੁਲ ਹੀ ਬੰਦ ਕਰ ਦਿਓ। ਜਦੋਂ ਫੂਡ ਕੋਆਪਰੇਸ਼ਨ ਆਫ ਇੰਡੀਆ ਬੰਦ ਹੋ ਜੂ ਔਰ ਉਹ ਖਰੀਦ ਨਹੀਂ ਕਰੂਗੀ, ਫਿਰ MSP ਨਹੀਂ ਰਹਿਣੀ। ਹੁਣ ਮੈਂ ਬਾਰ ਬਾਰ ਇਹ, ਮੈਨੂੰ ਅਫਸੋਸ ਹੋਇਆ ਕਿ ਇੱਕ ਵੱਡੀ ਪਾਰਟੀ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਮੈਂ ਬਾਰ ਬਾਰ ਉਹਨਾਂ ਨੂੰ ਸਮਝਾਉਂਦਾ ਸੀ ਕਿ ਬਈ ਇਹ ਅੱਜ ਇਹ ਨਹੀਂ ਗੱਲ ਕਿ ਉਹਦੇ ਵਿੱਚ ਅੱਜ ਇਹਨਾਂ ਨੇ ਆਰਡੀਨੈਂਸ ਦੇ ਵਿੱਚ ਕੁਝ ਪਾਇਆ ਜਾਂ ਨਹੀਂ। ਪਰ ਇੱਕ ਵਾਰ ਇਹ ਸਾਰੀ ਗੱਲ ਤੁਸੀਂ ਇੱਕ ਵਾਰ ਆਪਣੀ ਫੂਡ ਕੋਆਪਰੇਸ਼ਨ ਚੱਕ ਦਿਓ ਔਰ ਤੁਸੀਂ ਇਹ ਸਭ ਕੁਝ ਨਿਕਲਦਾ ਹੈ ਸ਼ਾਤਾ ਕਮੇਟੀ ਰਿਪੋਰਟ ਦੇ ਵਿੱਚੋਂ, ਫਿਰ ਸਾਡੇ MSP ਇੱਥੇ ਰਹਿਣੀ ਨਹੀਂ। ਤਾਂ ਅੱਜ ਨਾ ਹੋਏ ਤੁਹਾਡੇ ਲਿਖਣ ਆਰਡੀਨੈਂਸ ਦੇ ਵਿੱਚ, ਲੇਕਿਨ ਜਦ ਤੁਸੀਂ ਤਾਕਤ ਦੇ ਦੋਗੇ, ਇੱਕ ਵਾਰ ਆਰਡੀਨੈਂਸ ਤੁਸੀਂ ਵਾਪਸ ਕਰਤੀ, ਫਿਰ ਤੁਹਾਡੇ ਪਾਰਲੀਮੈਂਟ ਨੇ ਪਾਸ ਕਰ ਦੇਣਾ, ਇੱਕ ਐਕਟ ਬਣਾ ਦੇਣਾ, ਫਿਰ ਜਦੋਂ ਮਰਜ਼ੀ ਤੁਸੀਂ ਜੋ ਮਰਜ਼ੀ ਕਰ ਲਓ ਉੱਥੋਂ। ਔਰ ਇਹ ਲੱਗ ਰਿਹਾ ਉੱਧਰ ਨੂੰ, ਔਰ ਮੈਂ ਕਿਹਾ ਸੀ, ਮੈਂ ਕਿਹਾ 560 ਕਰੀਬ MP ਨੇ ਸਾਡੇ, ਉਹਦੇ ਵਿੱਚੋਂ ਤੁਸੀਂ 13 MP ਨੇ ਜਿਹੜੇ ਸਾਡੇ ਪੰਜਾਬ ਦੇ ਨੇ। ਇੱਕ ਵਾਰ ਇਹ ਹੋ ਜਾਏ ਜੋ ਅਕਾਲੀ ਦਲ ਕਹਿੰਦੇ ਨੇ ਅਸੀਂ ਗਰੰਟੀ ਲੈਣ, ਤੁਸੀਂ ਕੈਸੀ ਗਰੰਟੀ ਲੈ ਸਕਦੇ ਹੋ? ਤੁਸੀਂ ਗਰੰਟੀ ਕਹਿੰਦੇ ਅਸੀਂ, ਅਗਰ ਇਹ ਹੋ ਜਾਏ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਨੇ ਨਾਲ ਦੀ ਨਾਲ ਹੀ 13 MP ਕੁਛ ਵੀ ਨਹੀਂ ਕਰ ਸਕਣਗੇ ਔਰ ਫਿਰ ਇਹ MSP ਖਤਮ ਹੋ ਜਾਣੀ ਹੈ ਸਾਡੇ ਪੰਜਾਬ 'ਚ, ਔਰ ਫਿਰ ਕਿਸਾਨੀ ਸਾਡੀ ਬਿਲਕੁਲ ਔਖੀ ਘੜੀ ਦੇ ਵਿੱਚ ਸਾਨੂੰ ਲੰਘਣਾ ਪਊ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਇਹਨਾਂ ਆਰਡੀਨੈਂਸਾਂ ਦੇ ਗੰਭੀਰ ਪ੍ਰਭਾਵਾਂ ਨੂੰ ਜਾਣ ਬੁੱਝ ਕੇ ਅੱਖੋਂ ਓਹਲੇ ਕਰ ਰਿਹਾ ਅਤੇ ਸੂਬੇ ਦੇ ਹਿੱਤਾਂ ਨਾਲੋਂ ਆਪਣੇ ਰਾਜਸੀ ਹਿੱਤਾਂ ਨੂੰ ਪਹਿਲ ਦੇ ਰਿਹਾ। ਉਹਨਾਂ ਅਪੀਲ ਕੀਤੀ ਕਿ ਅਕਾਲੀ ਦਲ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਆਪਣੇ ਅੰਦਰ ਦੀ ਆਵਾਜ਼ ਸੁਣੇ ਅਤੇ ਕਿਸਾਨਾਂ ਖਿਲਾਫ ਜਾਰੀ ਹੋਏ ਇਹਨਾਂ ਆਰਡੀਨੈਂਸਾਂ ਦਾ ਖੁੱਲ੍ਹ ਕੇ ਵਿਰੋਧ ਕਰੇ। ਕੱਲ੍ਹ ਬਹੁਤ ਦਿਨ ਜਿਸ ਦਿਨ ਹੋਇਆ ਸੀ ਇਹ ਆਲ ਇੰਡੀਆ ਇਹ ਜਿਹੜੀ ਆਲ ਪਾਰਟੀ ਮੀਟਿੰਗ, ਉਹ ਦਿਨ ਸਵੇਰੇ ਹੀ ਪਤਾ ਲੱਗਿਆ ਸੀ ਕਿ ਹੁਸ਼ਿਆਰਪੁਰ ਦੇ ਮੰਡੀ 'ਚ ਮੱਕੀ 600 ਰੁਪਏ ਕੁਇੰਟਲ ਵਿਕਰੀ ਸੀ, ਜਿੱਥੇ ਹੋਣੀ ਚਾਹੀਦੀ ਹੈ 1700 ਦੇ ਕਰੀਬ। ਤਾਂ ਇਸ ਕਿਸਮ ਦਾ ਜਿਹੜਾ ਕੰਮ ਹੈ ਇਹ ਪਾਰਟੀਆਂ ਨੂੰ ਜ਼ਿੰਮੇਵਾਰੀ ਨਾਲ ਦੇਖਣਾ ਚਾਹੀਦਾ, ਔਰ ਇੱਥੇ ਸਿਆਸਤ ਦੀ ਗੱਲ ਨਹੀਂ। ਸਿਆਸਤ ਮੈਨੂੰ ਯਾਦ ਹੈ ਜਦੋਂ ਸਾਡੀ ਪਿਛਲੀ ਸਰਕਾਰ ਸੀ, ਉਹ ਪਾਣੀ ਦਾ ਬਿੱਲ ਆਇਆ ਸੀ, SYL ਦਾ ਬਿੱਲ, ਔਰ ਉਦੋਂ ਮੈਨੇ ਜਾ ਕੇ ਬਿੱਲ ਪਾਸ ਕਰਾਇਆ, ਸਾਰੇ ਪਾਰਟੀਆਂ ਨੇ ਮੇਰਾ ਸਾਥ ਦਿੱਤਾ, ਪੂਰੀ ਪਾਰਟੀ, ਪੂਰੀ ਵਿਧਾਨ ਸਭਾ ਇੱਕ ਪਾਸੇ ਸੀਗੀ, ਔਰ ਅਸੀਂ ਜਾ ਕੇ ਉਸਨੂੰ ਪਾਸ ਕਰਤਾ। ਮੇਰੇ ਤਾਂ ਮੇਰੀ ਪਾਰਟੀ ਔਖੀ ਹੋਈ, ਮੇਰੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਸੱਦਿਆ, ਡਾਕਟਰ ਮਨਮੋਹਨ ਸਿੰਘ ਜੀ ਨੇ ਮੇਰੇ ਨਾਲ ਔਖੇ ਸੀ ਕਿ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਅਸੀਂ ਕਾਨੂੰਨ ਔਰ ਜੋ ਐਕਟ ਬਣਾਇਆ ਤੁਸੀਂ ਉਹਦੇ ਖਿਲਾਫ਼ ਜਾ ਰਹੇ ਹੋ, ਔਰ ਇਹੀ ਮੇਰੀ ਪਾਰਟੀ ਨੇ ਮੈਨੂੰ ਕਿਹਾ, ਸੋਨੀਆ ਗਾਂਧੀ ਜੀ ਨੇ ਮੈਨੂੰ ਕਿਹਾ। ਲੇਕਿਨ ਮੈਂ ਸੋਚਿਆ ਕਿ ਮੇਰੇ ਇੱਕ ਪਾਸੇ ਪਤਾ ਨਹੀਂ ਹੋ ਸਕਦਾ ਕਿ ਔਖੇ ਹੋ ਕੇ ਮੈਨੂੰ ਇੱਥੇ ਜਿਹੜੀ ਮੈਂ ਚੀਫ ਮਿਨਿਸਟਰ ਬਣਿਆ ਹੋਇਆ ਮੈਨੂੰ ਉੱਥੋਂ ਲਾ ਦੇਣ, ਕੋਈ ਗੱਲ ਨਹੀਂ, ਕਿਉਂਕਿ ਮੇਰਾ ਪੰਜਾਬ ਔਰ ਪੰਜਾਬ ਦੀ ਕਿਸਾਨੀ ਨੰਬਰ 1 'ਤੇ ਮੇਰੇ ਸਾਹਮਣੇ ਮੈਨੂੰ ਨਜ਼ਰ ਆ ਰਹੀ ਸੀ। ਉਹਨਾਂ ਦਾ ਕੀ ਹੋਊਗਾ ਅਗਰ ਪਾਣੀ ਖਤਮ ਹੋ ਜਾਵੇ ਸਾਡੇ ਪੰਜਾਬ ਦਾ? ਫਿਰ ਉਹਨਾਂ ਦਾ ਕੀ ਹੋਊਗਾ? ਫਸਲਾਂ ਕਿੱਥੋਂ ਆਉਣਗੀਆਂ? ਪੰਜਾਬ ਕਿੱਥੇ ਜਾਊਗਾ? ਕਿਸਾਨੀ ਕਿੱਥੇ ਜਾਊ ਸਾਡੀ? ਉਹੀ ਮੈਂ ਇਹਨਾਂ ਨੂੰ ਕਿਹਾ ਸੀ ਉਹ ਦਿਨ
कि अपने आप ते आप ते तुसी थोड़ी अगर एयर अंडरस्टैंडिंग दूजी पार्टी नाल तुसी बीजेपी दे साथी हो, दिल्ली दे विच थोड़े मिनिस्टर बैठे ने, अगर वो करके थोनू औख है तो उन्हों पासे छड़ो, अपने दिल की गल करो। और दिल की गल है कि ये जड़ा है ये ऑर्डिनेंस खिलाफ ने, खराब ने, लेकिन नहीं मने साढ़े। और हुण देख तुसी देखते रहना, असी तो इहनू इहदे खिलाफ जा रहे हैं, असी इहदे बिल्कुल बिल असी इहदे नाल साथ नहीं करना। लेकिन अगर ये पास हो जूगा तो फिर तुसी याद रखो मेरी गल्लां जिहड़ियां अज मैं कह रहा कि बिल्कुल साडी किसानी नू खराब करके छड़नगे ये श्रोमणी अकाली दल वाले, सिर्फ इस लई कि असी बीजेपी दे नाल अपना रिश्ता नहीं तोड़ना। देख लो उन्हां दी मर्जी है, अंत विच तां तुहाडे कोल ही आउणगे, तुसी फिर उन्हां नू समझा देना। उधर मुख्यमंत्री के इस बयान तो बाद अकाली दल ने एक प्रेस नोट जारी किया है, जिस विच उन्हें इल्जाम लाया है कि कांग्रेस सरकार जानती है कि घट्टो घट समर्थन मुल कदे भी खत्म नहीं किया जा रहा, पर इसके बावजूद भी जानबूझ के कांग्रेस किसानों नू गुमराह करने की कोशिश कर रही है। उन्होंने दोष लाया कि कांग्रेस वालों यह सब कुछ शराब बीज और राशन घुटाले सने लोगों नाल किए गए वादिया तो ध्यान भटकाने लिए किया जा रहा है। उन्होंने कहा है कि जितों तक श्रोमणी अकाली दल का सवाल है, उस पास ने कि झोने और कणक के घट्टो घट समर्थन मुल और मंडीकरण बारे भविख में कोई भी समझौता नहीं किया जाएगा। अंत में यही कहा जा सकता है कि भावें अकाली दल समर्थन मुल ना खत्म करने दी गल आख रहा है, पर कांग्रेस सने सर पार्टी मीटिंग विच पार्टियां वालों केंद्र सरकार खिलाफ पाए मते का विरोध करके अकाली दल हुण किते ना किते कसूता जरूर गिर गया। ब्यूरो रिपोर्ट, पंजाबी लोक चैनल।